Yeah.
ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਦੀ ਬਖਸ਼ਿਸ਼ ਦੁਨੀਆ ਸਾਰੇ ਤੇ ਕਿਸੇ ਰਹਿਬਰ ਨੇ ਇੰਨੀ ਰਹਿਮਤ ਦੁਨੀਆ ਤੇ ਨਹੀਂ ਕੀਤੀ ਜਿੰਨੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ, ਕਿਉਂਕਿ ਕਿਸੇ ਰਹਿਬਰ ਨੇ ਸੰਸਾਰ ਦੀ ਇੰਨੀ ਵੱਡੀ ਯਾਤਰਾ ਇਹ ਨਹੀਂ ਕੀਤੀ ਜਿੰਨੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ। ਇਹ ਸਿਆਣਾ ਯੁੱਗ ਗੁਰੂ ਨਾਨਕ ਨੂੰ ਮਿਲਿਆ, ਬੁੱਢਾ ਯੁੱਗ, ਬੁੱਢਾ ਬਹੁਤ ਸਿਆਣਾ ਹੁੰਦਾ, ਦੁਨੀਆ ਦਾ ਹਰ ਲਾਹਾ ਚਾੜਾ ਉਹਨੇ ਦੇਖਿਆ ਹੁੰਦਾ। ਸ਼੍ਰੀ ਰਾਮ ਨੂੰ ਕਹਿੰਦੇ ਨੇ ਮਰਿਆਦਾ ਪੁਰਸ਼ੋਤਮ ਅਵਤਾਰ, ਸ਼੍ਰੀ ਕ੍ਰਿਸ਼ਨ ਨੂੰ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਔਰ ਇਹ ਪਾਤਸ਼ਾਹ ਆਇਆ ਗੁਰ ਪੁਰਸ਼ੋਤਮ ਅਵਤਾਰ। ਕਿਸੇ ਰਹਿਬਰ ਨੇ ਇੰਨੀ ਯਾਤਰਾ ਨਹੀਂ ਕੀਤੀ, ਕਿਉਂਕਿ ਜਿੰਨੀ ਦੁਨੀਆ ਦੁਖੀ ਸੀ ਇਹ ਗੁਰੂ ਨਾਨਕ ਹੀ ਜਾਣ ਸਕਦਾ ਸੀ। ਤਾਂ ਹੀ ਕਿਸੇ ਸ਼ਾਇਰ ਨੇ ਕਿਹਾ ਰਹਿਮਤ ਦੇ ਇਸ਼ਾਰਾ ਗੁਰੂ ਨਾਨਕ ਨੇ ਜਿਧਰ ਕਰ ਦਿਆ, ਜ਼ਰੇ ਕੋ ਸੂਰਜ ਕਤਰੇ ਕੋ ਦਰਿਆ ਕਰ ਦਿਆ। ਇਹ ਮੇਰੇ ਗੁਰੂ ਨਾਨਕ ਦੀ ਮਿਹਰ ਪਾਤਸ਼ਾਹ ਦਾ ਉਹ ਫੁਰਮਾਨ ਕੇ ਇਹ ਬਾਣੀ ਸਤਿਗੁਰ ਨੇ ਸਾਰੇ ਜਹਾਨ ਵਿੱਚ ਵਰਤਾਈ। ਸਹਿਬ ਕੀਰਤਨ ਕਰਦੇ ਗਏ ਤੇ ਰਹਿਮਤਾਂ ਪੈਂਦੀਆਂ ਰਹੀਆਂ ਦੁਨੀਆ ਦੇ। ਅੱਜ ਵੀ ਅਸੀਂ ਸਿੰਧ ਤੋਂ ਆਇਆ ਤੇ ਸਿੰਧ ਪ੍ਰਾਂਤ ਸੂਬਾ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪਏ ਨੇ, ਕੋਈ ਅਵਤਾਰ ਸਿੰਧ ਤੱਕ ਨਹੀਂ ਆਇਆ ਅੱਜ ਤੱਕ, ਗੁਰੂ ਨਾਨਕ ਆਏ ਨੇ। ਇੱਕ ਸਥਾਨ ਸਾਧੂ ਬਿਲਾਏ ਸਿੰਧੂ ਦਰਿਆ ਤੇ ਸੱਖਰ ਰੋੜੀ, 17 ਦਿਨ ਗੁਰੂ ਨਾਨਕ ਪਾਤਸ਼ਾਹ ਉੱਤੇ ਬੈਠੇ ਨੇ 17 ਦਿਨ। ਅਸੀਂ ਇੰਡੀਆ ਦੇ ਪੰਜਾ ਸਾਹਿਬ ਗਏ ਸੀ 2 ਸਾਲ ਪਹਿਲਾਂ, ਬਿਦਰ ਨਾਨਕ ਚੀਰਾ ਇੰਡੀਆ ਦਾ ਪੰਜਾ ਸਾਹਿਬ, ਜਿਵੇਂ ਇਹ ਪੰਜਾ ਸਾਹਿਬ ਹੱਥ ਦੇ ਪੰਜੇ ਦਾ ਪਾਣੀ ਜਲ ਆ ਰਿਹਾ ਉਹ ਪੈਰ ਦੇ ਪੰਜੇ ਦਾ, ਬਿਦਰ ਨਾਨਕ ਚੀਰਾ ਉੱਥੇ ਨਕਸ਼ਾ ਬਣਿਆ ਬਹੁਤ ਵੱਡਾ ਦੀਵਾਰ ਤੇ ਬਿਰਦਰ ਦੇ ਵਿੱਚ, ਵੈਸੇ ਦਰਬਾਰ ਸਾਹਿਬ ਮਿਊਜ਼ੀਅਮ ਵਿੱਚ ਵੀ ਬਣਿਆ ਹੋਇਆ ਹੈ, ਲੇਕਿਨ ਉਹ ਮੈਂ ਫੋਟੋ ਕੱਢ ਕੇ ਆਇਆ ਜਿੱਥੇ 5 ਸ਼ਹਿਰ ਸਿੰਧ ਦੇ ਲਿਖੇ ਹੋਏ ਨੇ, ਰੋੜੀ, ਸੱਖਰ, ਸ਼ਿਕਾਰਪੁਰ, ਲਾੜਕਾਨਾ, ਉਮਰਕੋਟ, ਇਹ ਸਿੰਧ ਦੇ ਸ਼ਹਿਰ। ਉਮਰਕੋਟ ਗੁਰੂ ਨਾਨਕ ਦੇਵ ਮਹਾਰਾਜ ਗਏ ਨੇ, ਲੇਕਿਨ ਮੇਰੇ ਕਹਿਣ ਦਾ ਮਕਸਦ ਮਤਲਬ ਇੰਨੇ ਸਾਰੇ ਸਿੰਧੀ ਗੁਰੂ ਨਾਨਕ ਦੇ ਆਸ਼ਿਕ ਨੇ, ਇਸ ਕਰਕੇ ਇਸ ਸਤਿਗੁਰ ਸਿੰਧ ਤੇ ਆ ਕੇ ਵੀ ਬਹੁਤ ਰਹਿਮਤਾਂ ਕੀ ਕਰਕੇ ਗਏ ਨੇ, ਔਰ ਇਹ ਬਾਣੀ ਅੱਜ ਵੀ ਉੱਥੇ ਮੇਰ ਕਰਦੀ ਪਈ ਹੈ। ਜ਼ਿਆਦਾ ਤਾਦਾਦ ਸਿੰਧ ਵਿੱਚ ਬਹੁਤ ਸਾਰੀ ਗੁਰੂ ਨਾਨਕ ਪਾਤਸ਼ਾਹ ਦੇ ਆਸ਼ਕਾਂ ਦੀ ਤਾਦਾਦ ਰਹਿੰਦੀ ਹੈ ਅੱਜ ਵੀ, ਤਾਂ ਹੀ ਇਹਨੇ ਸਿੰਧੀ ਬਾਬੇ ਦੇ ਨਾਮ ਤੇ ਕੁਰਬਾਨ। ਅਸੀਂ ਸਿੰਧੀ ਪਰਿਵਾਰਾਂ ਤੋਂ ਤੇ ਮੈਨੂੰ ਬਾਈ ਮਹਿੰਦਰਜੀਤ ਸਿੰਘ ਦਿੱਲੀ ਵਾਲੇ ਰਾਗੀ ਆਏ ਸੀ ਅੱਜ ਤੋਂ 10-12 ਸਾਲ ਪਹਿਲਾਂ, ਨਨਕਾਣਾ ਸਾਹਿਬ ਦੇ ਸਾਰੇ ਗੁਰਦੁਆਰੇ ਉਹਨੇ ਕਿਹਾ ਮੈਨੂੰ ਦਰਸ਼ਨ ਕਰਾਓ, ਮੈਂ ਪਹਿਲੀ ਵਾਰੀ ਆਇਆ। ਜਦੋਂ ਮੈਂ ਉਹਦੇ ਨਾਲ ਗਿਆ ਹਰ ਗੁਰਦੁਆਰੇ ਤੋਂ ਉਹਨੇ ਇੱਕ ਥੈਲੀ ਭਰੀ ਮਿੱਟੀ ਦੀ, ਕਿ ਕਈ ਲੋਕ ਜਿਹੜੇ ਜਿਨ੍ਹਾਂ ਦੀ ਵੀਜ਼ਾ ਨਹੀਂ ਲੱਗਦੀ ਨਨਕਾਣਾ ਸਾਹਿਬ, ਉਹ ਸਾਨੂੰ ਕਹਿ ਕੇ ਗਏ ਨੇ ਸਾਡੇ ਵਾਸਤੇ ਬਾਬੇ ਗੁਰੂ ਨਾਨਕ ਦੇ ਦਰ ਦੀ ਮਿੱਟੀ ਲਿਆਇਆ, ਉਹਨਾਂ ਵਾਸਤੇ ਲੈ ਕੇ ਜਾ ਰਿਹਾ। ਲੇਕਿਨ ਉਹਨੇ ਮੈਨੂੰ ਇੱਕ ਗੱਲ ਕਹੀ, ਅੱਜ ਇਹ ਕਮੇਟੀ ਪਾਕਿਸਤਾਨ ਗਵਰਨਮੈਂਟ ਤੇ ਕਮੇਟੀ ਸਿੱਖ ਪ੍ਰਬੰਧਕ ਕਮੇਟੀ ਜਿਹੜੀ ਬਣੀ, ਇਹਨੇ ਬਹੁਤ ਗੁਰਦੁਆਰੇ ਦੇ ਕਾਰ ਵਿਹਾਰ ਬਹੁਤ ਚੰਗੇ ਕਰ ਦਿੱਤੇ, ਪਹਿਲਾਂ ਇਹਨੇ ਨਹੀਂ ਸੀ ਜਿਹੜੇ ਅੱਜ ਤੁਸੀਂ ਦੇਖ ਰਹੇ ਹੋ, ਪਹਿਲਾਂ ਨਹੀਂ ਸੀ, ਉਸ ਟਾਈਮ ਬਹੁਤ ਹਾਲਤ ਖਸਤਾ ਸੀ। ਤੇ ਮੈਨੂੰ ਭਾਈ ਮਹਿੰਦਰਜੀਤ ਸਿੰਘ ਨੇ ਕਿਹਾ ਯਾਰ ਬਾਬਾ ਐਡਾ ਵੱਡਾ ਬਾਦਸ਼ਾਹ ਤੇ ਇੱਥੇ ਗਰੀਬੀ ਬਹੁਤ ਲੱਗਦੀ ਪਈ, ਗੁਰਦੁਆਰੇ ਦੀ ਹਾਲਤ ਬਹੁਤ ਖਸਤਾ ਹੈ, ਗਰੀਬੀ ਕਿਉਂ ਇੰਨੀ?
ਉਸ ਟਾਈਮ ਗੁਰਦੁਆਰੇ ਦੀ ਹਾਲਤ ਬਹੁਤ ਖਸਤਾ ਸੀ, 10-15 ਸਾਲ ਪੁਰਾਣੀ ਗੱਲ। ਤੇ ਮੈਂ ਉਹਨੂੰ ਇੱਕ ਹੀ ਜਵਾਬ ਦਿੱਤਾ, ਮੈਂ ਕਿਹਾ ਗੁਰੂ ਨਾਨਕ ਨੂੰ ਗਰੀਬੀ ਬਹੁਤ ਪਸੰਦ ਸੀ, ਇਸ ਕਰਕੇ ਬਹੁਤ ਪਸੰਦ ਸੀ। ਫਿਰ ਉਹਨੇ ਕਿਹਾ ਕਾਸ਼ ਇਹ ਲਕੀਰ ਥੋੜੀ ਇਧਰ ਹੋ ਜਾਂਦੀ, ਨਨਕਾਣਾ ਸਾਹਿਬ ਉਧਰ ਹੋ ਜਾਂਦੇ, ਅਜੇ ਵੀ ਸੋਨੇ ਦਾ ਬਣ ਜਾਂਦਾ। ਮੈਂ ਉਹਨੂੰ ਇੱਕ ਬੇਨਤੀ ਕੀਤੀ, ਤੂੰ ਤੇ ਕਹਿ ਸਕਦਾ ਹੈ ਪਰ ਬਾਬਾ ਤੇ ਸਭ ਤੋਂ ਜਾਣਦਾ, ਅਸੀਂ 15-20 ਲੱਖ ਸਿੰਧੀ ਆਏ ਪਸ਼ਾਵਰ ਦੇ ਜਾਂ ਪੰਜਾਬ ਦੀ ਜਿਹੜੀ ਸੰਗਤ ਬੈਠੀ ਸੀ, ਤੇ ਗੁਰੂ ਨਾਨਕ ਨੇ ਸਾਡੀ ਵੀ ਥਾਂ ਪਕੜਨੀ ਸੀ ਕਿ ਨਹੀਂ ਪਕੜਨੀ ਸੀ। ਵਾਹਿਗੁਰੂ। ਇਸ ਕਰਕੇ ਕਰਤਾਰਪੁਰ ਵੀ ਇਧਰ ਆ ਗਿਆ ਤੇ ਨਨਕਾਣਾ ਸਾਹਿਬ ਵੀ ਔਰ ਪੰਜਾਬ ਸਾਹਿਬ ਵੀ ਇਧਰ ਆ ਗਿਆ। ਬਾਬੇ ਨੇ ਸਾਡੀ ਵੀ ਮਾਂ ਪਕੜੀ ਸੀ, ਹੁਣ ਜਿਹੜੇ ਅਸੀਂ ਪਾਕਿਸਤਾਨ ਵਿੱਚ ਰਹਿ ਰਹੇ ਹਾਂ, ਸਾਡੇ ਵਾਸਤੇ ਤਾਂ ਸਭ ਕੁਝ ਹੀ ਹੈ ਨਾ, ਹੋਰ ਤਾਂ ਕੁਝ ਨਹੀਂ। ਜਿਹਨੂੰ ਕੋਈ ਤਕਲੀਫ ਹੁੰਦੀ ਹੈ ਠੱਕ ਨਨਕਾਣਾ ਸਾਹਿਬ ਪਹੁੰਚ ਜਾਂਦਾ, ਮੈਂ ਅੱਖਾਂ ਨਾਲ ਦੇਖੇ ਰੱਬ ਦੀ ਮਿਹਰ ਹਾਈ ਹਾਲੇ ਤੇ ਅਟੇ ਪੈਰਾਲਾਈਜ਼ ਬੰਦੇ ਕਰਾਚੀ ਤੋਂ ਉਸੇ ਕੰਡੀਸ਼ਨ ਵਿੱਚ ਗੁਰੂ ਨਾਨਕ ਦੇ ਦਰਬਾਰ ਆਏ ਨੇ ਨਨਕਾਣਾ ਸਾਹਿਬ, ਤੇ ਅਰਦਾਸਾਂ ਰੋ ਰੋ ਕੇ ਕਰਕੇ 3-4 ਦਿਨਾਂ ਵਿੱਚ ਠੀਕ ਹੋ ਕੇ ਗਏ ਨੇ। ਬੋਲੇ ਸੋ ਏਡੇ ਲੋਕ, ਇੱਕ ਮਾਈ ਨੇ ਇਹ ਕਿਹਾ ਮੇਰੀ ਬੇਟੀ ਬਿਮਾਰ ਹੈ, ਮੇਰੇ ਵਾਸਤੇ ਅਰਦਾਸ ਕਰੀ ਨਨਕਾਣਾ ਸਾਹਿਬ। ਮੈਂ ਉਹਨੂੰ ਕਿਹਾ ਤੁਸੀਂ ਆਪ ਅਰਦਾਸ ਕਰੋ, ਤੁਹਾਡੀ ਅਰਦਾਸ ਵਿੱਚ ਬਹੁਤ ਅਸਰ ਹੁੰਦਾ ਹੈ। ਸੋਖਤ ਜਾਣੇ ਪੀਰ ਪਰਾਈ, ਜਾ ਕੇ ਅੰਦਰ ਦਰਦ ਨਾ ਪਾਈ। ਮੈਂ ਕਿਹਾ ਤੁਸੀਂ ਅਰਦਾਸ ਕਰੋ। ਕਹਿੰਦੇ ਮੈਂ ਅਰਦਾਸ ਜ਼ਰੂਰ ਕਰਾਂਗੀ ਔਰ ਮੇਰਾ ਬਾਬਾ ਸੁਣੇਗਾ ਵੀ, ਕਿਉਂਕਿ ਮੇਰਾ ਜਦੋਂ ਤੋਂ ਪਿਓ ਮੁਆ ਹੈ ਮਰ ਗਿਆ ਹੈ, ਉਹਦੇ ਤੋਂ ਮੈਂ ਪਿਓ ਦੇਖਿਆ ਹੀ ਨਹੀਂ, ਇਹਨੂੰ ਮੈਂ ਪਿਓ ਸਮਝਦਾ ਤੇ ਪਿਓ ਦੇ ਘਰੋਂ ਕਦੀ ਦੀ ਖਾਲੀ ਨਹੀਂ ਜਾਂਦਾ। ਤੇ ਉਹਨਾਂ ਦੀ ਸੋਚ ਸਿੰਧੀਆਂ ਦੀ, ਤੇ ਉਹ ਬੱਚੀ ਜਿਹੜੀ ਕਈ ਸਾਲਾਂ ਤੋਂ ਬਿਮਾਰ ਸੀ 2 ਮਹੀਨੇ ਵਿੱਚ ਠੀਕ ਹੋ ਗਈ। 2 ਮਹੀਨੇ ਬਾਬਾ ਗੁਰੂ ਨਾਨਕ ਮੌਜੂਦ ਹੈ। ਮਸਕੀਨ ਸਾਹਿਬ ਕਹਿੰਦੇ ਨੇ ਜੋ ਤੂੰ ਪਹਿਲਾਂ ਗੁਰੂ ਅੰਗਦ ਸਾਹਿਬ ਨੂੰ ਦੇ ਗਏ, ਅੱਜ ਤੱਕ ਕੋਈ ਗੁਰੂ ਗੱਦੀ ਤੇ ਨਹੀਂ ਬੈਠਾ ਮੈਂ ਆਪਣੇ ਗੁਰੂ ਦੇ ਹੋਂਦੇ। ਇਹ ਬਾਬੇ ਨੇ ਪਹਿਲਾਂ ਕੰਮ ਕੀਤਾ, ਪਹਿਲਾਂ ਗੁਰੂ ਅੰਗਦ ਸਾਹਿਬ ਨੂੰ ਗੱਦੀ ਦੇ ਦਿੱਤੀ, ਜੋਤ ਦੇ ਦਿੱਤੀ, ਬਾਅਦ ਵਿੱਚ ਅਲੋਪ ਹੋ ਗਏ, ਸਰੀਰ ਤੇ ਕਿਸੇ ਨੂੰ ਮਿਲਿਆ ਨਹੀਂ, ਜੋ ਗੁਰੂ ਅੰਗਦ ਦੇ ਮਹਾਰਾਜ, ਫਿਰ ਬਾਬਾ ਗਿਆ ਹੀ ਨਹੀਂ, ਬਾਬਾ ਮੜੀ ਨਾ ਘੋਰ ਗੁਰੂ ਅੰਗਦ ਕੇ ਹੀ ਮਾਏ, ਉਹ ਤਾਂ ਗੁਰੂ ਅੰਗਦ ਸਾਹਿਬ ਦੇ ਹੀ ਹੈ, ਗਿਆ ਹੀ ਨਹੀਂ ਬਾਬਾ। ਤਾਂ ਹੀ ਤੇ ਸੁਣ ਰਿਹਾ ਸਾਰਿਆਂ ਦੀ ਸੰਭਾਲ ਕਰ ਰਿਹਾ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰਾ। ਸੋ ਗੁਰੂ ਨਾਨਕ ਦੇ ਮਹਾਰਾਜ ਇਹ ਪਾਤਸ਼ਾਹ ਫਰਮਾਨ ਕਰੇ ਨੇ ਕਿ ਮੈਂ ਚਾਰੇ ਕੁੰਡਾਂ ਪਾਲਿਆ ਤੁਧ ਜੇਵਡ ਨਾ ਸਾਈਆਂ, ਦੁਨੀਆਂ ਲੱਭ ਲਓ ਗੁਰੂ ਨਾਨਕ ਦੀ ਦਿਵ ਬਖਸ਼ ਦੀ ਕੋਈ ਮਿਸਾਲ ਨਹੀਂ ਦੁਨੀਆਂ। ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ, ਸਾਸ ਸਾਸ ਸਿਮਰੋ, ਸਾਸ ਸਾਸ ਸਿਮਰੋ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਗੋਬਿੰਦ ਗੋਬਿੰਦ, ਸਿਮਰੋ ਸਾਸ ਸਾਸ ਸਿਮਰੋ, ਸਾਸ ਸਾਸ ਸਿਮਰੋ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ।
Sad, sad, sad.
ਗੰਗ ਸਾਗਰ ਕਰੋ ਏ ਸਾਗਰ ਸੋਈ ਕਰੇ I'm gonna have to
Oh,
सगल समग्री तुमरा सुधरदारी तुम तै हो स्वागयकारी तुमरी गात मित तुम ही जानी
ਨਾਨਕ ਦਾਸ ਸਦਾ ਕੁਰਬਾਨੀ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਜਾਣੇ ਮੇਰਾ ਬੋਲੋ ਜੀ ਵਾਹਿਗੁਰੂ ਤਿਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਕੋ ਬਿਗਨ ਨਾ ਕੋ ਲਾਗਾ ਜਾਗੀ ਪ੍ਰਭਾਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਸਹਾਏ ਵਾਰ ਸ੍ਰੀ ਭਗਵੰਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ ਭਗਵੰਤ ਸਿਮਰ ਗਏ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਤੈ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖੀ ਜਾਏ ਤੇਗ ਬਹਾਦਰ ਸਿਮਰਈਐ ਘਰ ਨੌਨਿਤ ਆਵੇ ਤਾਏ ਸਭ ਥਾਈ ਹੋਵੇ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਵੇ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰਕ ਬਾਲਾ ਜੀ ਬਾਲਾ ਜੀ ਪੰਜਾਂ ਪਿਆਰਿਆਂ ਚੁਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੰਡ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਾਰਕ ਬਾਲਾ ਜੀ ਬਾਲਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤਾ ਬੰਦ ਬੰਦ ਕਟਾਏ ਖੋਪਦੀਆਂ ਲਮਾਹੀਆਂ ਚਰਖਣੀਆਂ ਤੇ ਚੜਿਆਰਿਆਂ ਲਾਭ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨੇ ਵਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਾਰਕ ਹੈ ਬਾਲਾ ਜੀ ਬਾਲਾ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਾਰਕ ਹੈ ਬਾਲਾ ਜੀ ਬਾਲਾ ਜੀ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚਿਆ ਰਿਆਤ ਦੇਖ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹੇ ਖਾਲਸੇ ਜੀ ਕੇ ਬੋਲ ਵਾਲੇ ਬਾਲਾ ਜੀ ਬਾਲਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵੇਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਬੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਬਾਲਾ ਜੀ ਬਾਲਾ ਜੀ ਸਿੱਖਾਂ ਦਾ ਮਨ ਨੀਵਾਂ ਦੱਤਿਆ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਣ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਵਾਹਿਗੁਰੂ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਿਹਰਬਾਨ ਪਾਤਸ਼ਾਹ ਜੀਓ ਸ਼ਾਮਾਂ ਤੋਂ ਲੈ ਕੇ ਇਸ ਵਕਤ ਤੱਕ ਆਪ ਜੀ ਦੇ ਸੁੰਦਰ ਦੀਵਾਨ ਸਜਾਏ ਗਏ ਹਨ
ਸਜਿਆ ਹੋਇਆ ਦੀਵਾਨ ਅੰਦਰ ਆਪ ਜੀ ਦੀ ਇਲਾਹੀ ਬਾਣੀ ਆਰਤੀ ਗੁਰ ਸ਼ਬਦ ਬਾਣੀ ਗੁਰਬਾਣੀ ਦੇ ਵਿਚਾਰ ਹੋਏ ਹਨ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਚੱਲ ਰਹੇ ਹਨ, ਆਨੰਦ ਸਾਹਿਬ ਜੀ ਦੇ ਪਾਠ ਹੋਏ ਹਨ। ਕੋਈ ਅੱਖਰ ਵਾਧਾ ਘਾਟਾ ਭੌਲ ਚੁੱਪ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਆਪਣੇ ਘਰ ਵਿਖੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਬਾਣੀ ਆਈਆਂ ਹੋਈਆਂ ਸੰਗਤਾਂ ਦੀਆਂ ਹਿਰਦਿਆਂ ਵਿੱਚ ਵਸਾਵਣਾ, ਆਈਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਘਰ ਵਿਖੇ ਪ੍ਰਵਾਨ ਕਰਨਾ, ਸਮੂਹ ਸੰਗਤਾਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀਆਂ। ਮਿਹਰਬਾਨ ਪਾਤਸ਼ਾਹ ਜੀਓ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੈ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰ ਜਨਿਆ ਮਾਏ। ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੈਜ ਦਿਓ ਮੈਂ ਸਾਰਾ। ਪੀਓ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਐਸੇ ਦੀਨ ਦਿਆਲ ਸਤਿਗੁਰੂ। ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦੇ 323ਵੇਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਚੱਲ ਰਹੇ ਹਨ। ਪਾਠ ਨਿਰਵਿਘਨਤਾ ਸਹਿਤ ਸਮਾਪਤ ਕਰਨਾ, ਪਾਠੀ ਸਿੰਘ ਸਿੰਘਣੀਆਂ ਨੂੰ ਸ਼ੁੱਧ ਬਾਣੀ ਪੜ੍ਹਨ ਦੀ ਸਮਰੱਥਾ ਬਖਸ਼ਣੀ। ਮਿਹਰਬਾਨ ਪਾਤਸ਼ਾਹ ਜੀਓ, ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਪ ਜੀ ਦੇ ਦਰਬਾਰ ਲਈ ਯਾਤਰਾ ਲਈ ਆਈਆਂ ਹਨ। ਸੰਗਤਾਂ ਦੀਆਂ ਯਾਤਰਾਵਾਂ ਤਿਲ ਫੁੱਲ ਭੇਟਾਵਾਂ ਆਪਣੇ ਦਰ ਵਿਖੇ ਪ੍ਰਵਾਨ ਕਰਨੀਆਂ। ਮਿਹਰਬਾਨ ਪਾਤਸ਼ਾਹ ਜੀਓ, ਅਮਰਜੀਤ ਸਿੰਘ, ਮਨਦੀਪ ਕੌਰ, ਸੁੰਦਰ ਕੌਰ, ਸਰਬਤ ਸਿੰਘ ਵੱਲੋਂ ਅਰਦਾਸਾਂ ਬੇਨਤੀਆਂ ਹਨ। ਮੁਸ਼ਕਲਾਂ ਸਾਨ ਹਰ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨੀ। ਮਨੋਹਰ ਸਿੰਘ, ਵਰਿੰਦਰ ਸਿੰਘ ਵੱਲੋਂ ਅਰਦਾਸਾਂ ਬੇਨਤੀਆਂ ਹਨ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਛੜਦੀਆਂ ਕਲਾਵਾਂ ਬਖਸ਼ਣਾ। ਮਿਹਰਬਾਨ ਪਾਤਸ਼ਾਹ ਜੀਓ, ਸੋਢੀ ਸਿੰਘ, ਰਤਨ ਸਿੰਘ, ਤਰਸੇਮ ਸਿੰਘ, ਸਰਬਜੀਤ ਸਿੰਘ ਵੱਲੋਂ ਅਰਦਾਸਾਂ ਬੇਨਤੀਆਂ ਹਨ। ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀਆਂ। ਮਿਹਰਬਾਨ ਪਾਤਸ਼ਾਹ ਜੀਓ, ਸੁਖਬੀਰ ਸਿੰਘ ਵੱਲੋਂ ਅਰਦਾਸਾਂ ਬੇਨਤੀਆਂ ਹਨ। ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀਆਂ। ਮਿਹਰਬਾਨ ਪਾਤਸ਼ਾਹ ਜੀਓ, ਹੋਰ ਬੇਅੰਤ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ। ਤਿਨ੍ਹਾਂ ਦੇ ਨਾਮ ਆਪ ਜਾਣੀ ਜਾਣ ਹੋ, ਸਭ ਦੀਆਂ ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀਆਂ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸਾਦੀ ਦੇਗ ਹਾਜ਼ਰ ਹੋਈ ਹੈ, ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣਾ। ਇਸ ਵੇਲੇ ਹੁਕਮਨਾਮੇ ਦੀ ਆਗਿਆ ਬਖਸ਼ਣਾ ਤੇ ਉਸਤੇ ਚੱਲਣ ਦੀ ਸਮਰੱਥਾ ਬਖਸ਼ਣੀ। ਸਹੀ ਗੁਰਮੁਖ ਪਿਆਰੈ ਮੇਲ, ਜਿਨ੍ਹਾਂ ਮਿਲਿਆ ਤਰਨਾਮ ਚਿੱਤੇ ਆਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭੈ ਅਕਾਲ ਕੀ, ਸਭ ਸਿਖਾਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਭੋ ਚਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਾਨਿਓ ਗ੍ਰੰਥ ਸਭ ਸੇ ਕਰ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਸਜਣ ਸੱਚਾ ਪਾਤਸ਼ਾਹ ਸਿਰ ਸਾਂਦੇ ਸਾਹੋ।
ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਸਭਨਾਂ ਦੀ ਸੀਸ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਕੱਲ੍ਹ ਦੇ ਪ੍ਰੋਗਰਾਮ ਦਾ ਵੇਰਵਾ ਕੁਛ ਇਸ ਪ੍ਰਕਾਰ ਹੈ। ਸਵੇਰੇ 3:30 ਵਜੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਅਤੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਜਾਣਗੇ। ਲਗਭਗ 5:30 ਵਜੇ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਪਿਆਰੇ ਸਾਹਿਬਾਨ ਆਏ ਹਨ,
ਜਿਨ੍ਹਾਂ ਵੱਲੋਂ ਜੋ ਮਾਈ ਭਾਈ ਨੇ ਅੰਮ੍ਰਿਤਪਾਨ ਕਰਨਾ ਹੋਵੇ ਉਹ ਕੇਸੀ ਇਸ਼ਨਾਨੀ ਕਰਕੇ ਰੈਡੀ ਹੋ ਕੇ 5:30 ਵਜੇ ਦੀਵਾਨ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਦਾ ਆਪਣਾ ਜੀਵਨ ਸਫਲ ਬਣਾਓ। ਬੇਨਤੀ ਹੈ ਜੋ ਕਿ ਕੱਲ੍ਹ ਦਿਨ ਦੇ ਦੀਵਾਨ ਤੋਂ ਲੈ ਕੇ ਹੁਣ ਤੀਕਰ ਲਾਈਵ ਟੈਲੀਕਾਸਟ ਚੱਲ ਰਿਹਾ ਹੈ, ਜੋ ਕਿ ਬੋਲਦਾ ਪੰਜਾਬ TV, ਪੰਜਾਬ TV ਅਤੇ ਸਤਿ ਸ਼੍ਰੀ ਅਕਾਲ ਪਾਕਿਸਤਾਨ ਚੈਨਲ ਦੇ ਸਮੂਹ ਟੀਮਾਂ ਨੂੰ ਜੰਮੂ ਟੀਮਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ। ਇਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਪੁਰਜ਼ੋਰ ਜੈਕਾਰਾ ਹੋਣਾ ਚਾਹੀਦਾ ਹੈ, ਕੋਈ ਰਸਨਾ ਵਾਂਝੀ ਨਾ ਰਵੇ। ਬੋਲੇ ਸੋ ਨਿਹਾਲ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਕਾਫ਼ੀ ਲੰਬੇ ਸਮੇਂ ਤੋਂ ਦੀਵਾਨ ਹਾਲ ਵਿੱਚ ਬੈਠੇ ਹੋ। ਸਤਿਗੁਰ ਸੱਚੇ ਪਾਤਸ਼ਾਹ ਸਭਨਾਂ ਦੀ ਸੀਸ 'ਤੇ ਆਪਣਾ ਮਿਹਰ ਪ੍ਰਯਾਤ ਰੱਖਣ। ਹੁਣ ਇਸ ਵੇਲੇ ਗੁਰੂ ਮਹਾਰਾਜ ਜੀ ਆਪਣੇ ਸੁਖਾਸਨ ਸਥਾਨ 'ਤੇ ਬਿਰਾਜਮਾਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਵਿਖੇ ਬੇਨਤੀ ਹੈ ਕਿ ਕੇਵਲ 5 ਮਿੰਟਾਂ ਰਾਹੀਂ ਇਸੇ ਤਰ੍ਹਾਂ ਦੀਵਾਨ ਵਿਖੇ ਜੁੜੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤ ਜੀ ਸਹਾਇ, ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਤੈ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿਠੈ ਸਤਿਗੁਰ ਜਾਏ ਦੀ ਬਹਾਦਰ ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੁਮਾਂ ਸਭ ਸਾਧਿਆਂ, ਚੌਵੀਆਂ ਮੁਕਤਿਆਂ ਹੱਟੀਆਂ, ਜੱਪੀਆਂ ਟੱਪੀਆਂ ਜਿਨ ਨਾਮ ਜੱਪਿਆ, ਵੰਡ ਛਕਿਆ ਦੇਖ ਚਲਾਈ, ਤੇਜ਼ ਵਾਹੀ ਦੇਖੀ ਡਿੱਡ ਕੀਤਾ, ਤੇਰਾ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤਾ, ਬੰਦ ਬੰਦ ਕਟਾਏ, ਖੋਪ ਦੀਆਂ ਲਵਾਈਆਂ ਚਰਖਣੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸੰਸਭਾ ਸਤਸੰਗ ਨਿਭਾਈ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਦਾ ਸਿੱਖ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ, ਮਿਹਰਬਾਨ ਪਾਤਸ਼ਾਹ ਜੀਓ, ਇਸ ਸਮੇਂ ਜੋ ਕਈ ਸਾਹਿਬ ਜੀ ਦੇ ਪਾਠ ਹੋਏ ਹਨ, ਕੋਈ ਅੱਖਰ ਵਾਧਾ ਘੱਟ ਤੋਂ ਭੁੱਲ ਚੁੱਕੋ ਆਪ ਕਰਨੀ, ਪੜ੍ਹੀ ਸੁਣੀ ਬਾਣੀ ਆਪਣੇ ਦਰ ਵਿਖੇ ਪ੍ਰਵਾਨ ਕਰਨੀ, ਮਿਹਰਬਾਨ ਪਾਤਸ਼ਾਹ ਜੀਓ, ਇਸ ਸਮੇਂ ਸੁਖਾਸਨ ਸਾਹਿਬ ਤਿਆਰ ਹਨ, ਆਪਣੇ ਪਵਿੱਤਰ ਅਸਥਾਨ ਦੇ ਬਿਰਾਜਮਾਨ ਹੋ ਕੇ ਫੇਰ ਸੰਗਤਾਂ ਨੂੰ ਖੁੱਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੁਖ ਕਰਨਾ ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤਰਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਸਦਾ ਭਲਾ। ਨਾਮ ਵਾਹਿਗੁਰੂ, ਸਤਿਨਾਮ 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 ਵਾਹਿਗੁਰੂ। ਵਾਹਿਗੁਰੂ।